ਹਾਂਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਸ਼ਾਸਿਕਾਲ ਸਤਿ ਸ਼੍ਰੀ ਅਕਾਲ। ਹਾਂਜੀ ਪਿਛਲੇ ਕੁਝ ਦਿਨਾਂ ਤੋਂ ਕਾਫੀ ਵੀਰਾਂ ਦੀਆਂ ਜਿਹੜੀਆਂ ਕਮੈਂਟਸ ਵਗੈਰਾ ਸਾਨੂੰ ਆ ਰਹੀਆਂ ਸਨ ਪੁੱਛ ਰਹੇ ਸਨ ਕਿ ਬਹੁਤ ਦਿਨਾਂ ਤੋਂ ਜਿਹੜੀ ਤਕਰੀਬ ਵੀਡੀਓ ਨਹੀਂ ਪਾਈ ਜਾ ਰਹੀ तकरीबन 45-50 ਦਿਨ ਹੋ ਚੁੱਕੇ ਹਨ। ਕੀ ਗੱਲ ਹੈ? ਬਹੁਤ ਵੀਰ ਇਸ ਦੇ ਬਾਰੇ ਚਿੰਤਤ ਵੀ ਹੋ ਚੁੱਕੇ ਸਨ ਕਿ ਸਿਹਤ ਤੁਹਾਡੀ ਠੀਕ ਹੈ ਜਾਂ ਕੀ ਚੱਕਰ ਇਹੋ ਜੇ ਬਣ ਗਿਆ ਹੈ ਕਿ ਵੀਡੀਓ ਨਹੀਂ ਆ ਰਹੀ। ਤੇ ਇੱਥੇ ਉਹਨਾਂ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਾਰੇ ਫਿਕਰ ਕੀਤਾ। ਬਾਕੀ ਹੋਇਆ ਇਸ ਤਰ੍ਹਾਂ ਕਿ ਕੁਝ ਇਹੋ ਜਿਹੀਆਂ ਮੁ ਇਹਦੀ وجہ ਦੇ ਨਾਲ ਵੀਡੀਓ ਬਣਾਉਣ ਦਾ ਟਾਈਮ ਵੀ ਨਹੀਂ ਲੱਗ ਰਿਹਾ ਸੀ ਤੇ ਵਿੱਚ ਹੀ ਕੁਝ ਦਿਨਾਂ ਦੇ ਵਾਸਤੇ ਇੰਡੀਆ ਵੀ ਜਾਣਾ ਪਿਆ ਸੀ ਹੁਣ ਤਕਰੀਬਨ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿਹੜੀ ਵੀਡੀਓ ਹੈ ਜੀ ਟਾਈਮ ਦੇ ਉੱਤੇ ਦਿੱਤੀ ਜਾਵੇ ਗੱਲ ਕਰੀਏ ਯੂਰੋ ਦੀ ਇੱਕ ਯੂਰੋ ਦਾ ਰੇਟ ਅੱਜ ਦਾ 90 ਰੁਪਏ 94 ਪੈਸੇ ਚੱਲ ਰਿਹਾ ਹੈ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਕੁਝ ਪ੍ਰੈਕਟੀਕਲ ਗੱਲਾਂ ਜਿਹੜੀਆਂ ਕਿ ਇੰਡੀਆ ਜਾਣ ਦੇ ਵੇਲੇ ਤੁਹਾਡੇ ਕੰਮ ਆਉਣਗੀਆਂ ਬਹੁਤੇ ਵੀਰ ਜਿਹੜੇ ਇੱਥੋਂ ਯੂਰੋ ਵਗੈਰਾ ਲੈ ਕੇ ਜਾਂਦੇ ਹਨ ਤੁਸੀਂ ਜਦੋਂ ਯੂਰੋ ਲੈ ਕੇ ਜਾਂਦੇ ਹੋ ਤਾਂ ਬੇਸ਼ੱਕ ਤੁਸੀਂ ਇੱਕ ਦਿਨ ਦੇ ਵਿੱਚ ਤਕਰੀਬਨ ਜਿਹੜਾ ਰੇਟ ਹੈ ਜੀ ਤਕਰੀਬਨ ਤਕਰੀਬਨ ਬਰਾਬਰ ਬਰਾਬਰ ਹੀ ਚੱਲਦਾ ਹੈ ਕੋਈ ਜ਼ਿਆਦਾ ਅੰਤਰ ਨਹੀਂ ਪੈਂਦਾ ਪਰੰਤੂ ਜੇ ਤੁਸੀਂ ਇੰਡੀਆ ਦੇ ਵਿੱਚ ਵੈਸਟਰਨ ਯੂਨੀਅਨ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਆਪਣੇ ਜਿਹੜੇ ਯੂਰੋ ਹਨ ਉਹਨਾਂ ਨੂੰ ਤੁਸੀਂ ਕੈਸ਼ ਕਰਵਾਉਂਦੇ ਹੋ ਤੇ ਕਿਸੇ ਪਾਸੇ ਤੁਹਾਨੂੰ 92 ਰੁਪਏ ਮਿਲ ਜਾਂਦੇ ਹਨ ਤੇ ਕਿਸੇ ਪਾਸੇ 90 ਰੁਪਏ ਇਸ ਤਰ੍ਹਾਂ ਜਿਹੜਾ ਫਰਕ ਹੈ ਜੋ ਦੇਖਿਆ ਗਿਆ ਹੈ ਇਹ ਅਲੱਗ-ਅਲੱਗ ਥਾਵਾਂ ਦੇ ਉੱਤੇ ਅਲੱਗ-ਅਲੱਗ ਰੇਟ ਲਾਏ ਜਾਂਦੇ ਹਨ ਸੋ ਜੇ ਤੁਸੀਂ ਵੀ ਯੂਰੋ ਵਗੈਰਾ ਆਪਣੇ ਕੈਸ਼ ਕਰਵਾਉਂਦੇ ਹਨ ਤੁਸੀਂ ਇੰਡੀਆ ਦੇ ਵਿੱਚ ਜਿਹੜਾ ਇੱਕ ਦੋ ਥਾਵਾਂ ਤੋਂ ਪਤਾ ਜ਼ਰੂਰ ਕਰ ਲਓ ਕਿਉਂਕਿ ਜਿਹੜਾ 2.2 ਯੂਰੋ ਦਾ ਜਿਹੜਾ ਰੁਪਏ ਦਾ ਜਿਹੜਾ ਫਰਕ ਹੈ ਜੀ ਅਸੀਂ ਖੁਦ ਦੇਖਿਆ ਹੈ ਬਾਕੀ ਜਿਹੜੇ ਵੀਰ ਇੰਡੀਆ ਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਹੋਰ ਵਧੀਆ ਸਲਾਹ ਹੈ ਜਦੋਂ ਤੁਸੀਂ ਇੰਡੀਆ ਦੇ ਵਿੱਚ ਜਾਂਦੇ ਹੋ ਤੇ ਜਾਂਦੇ ਸਾਰ ਹੀ ਆਪਣਾ ਜਿਹੜਾ ਇੱਕ ਐਨ ਆਰਈ ਅਕਾਊਂਟ ਹੈ ਜੀ ਉਹ ਖੁਲਾਉਣਾ ਬਿਲਕੁਲ ਨਾ ਭੁੱਲੋ ਉਹ ਕਿਹੜੇ ਲੋਕ ਖਰਾ ਸਕਦੇ ਹਨ ਜਿਹੜੇ ਐਨ ਆਰਈ ਲੋਕ ਹੁੰਦੇ ਹਨ ਹੁਣ ਐਨ ਆਰਈ ਦੇ ਵਿੱਚ ਉਹ ਲੋਕ ਆਉਂਦੇ ਹਨ ਜਿਹੜੇ ਲਗਾਤਾਰ 6 ਮਹੀਨੇ ਤੋਂ ਜ਼ਿਆਦਾ ਸਮਾਂ ਇੰਡੀਆ ਤੋਂ ਬਾਹਰ ਰਹਿੰਦੇ ਹਨ ਉਹਨਾਂ ਦਾ ਜਿਹੜਾ ਸਟੇਟਸ ਹੈ ਜੀ ਐਨ ਆਰਈ ਹੋ ਵਿਸ਼ੋ ਕੋ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਹੋ ਤੁਸੀਂ ਇੰਡੀਆ ਦੇ ਵਿੱਚ ਕਿਸੇ ਵੀ ਚੰਗੀ ਬੈਂਕ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਹੈ ਕਿ ਐਨ ਆਰਈ ਅਕਾਊਂਟ ਖੁਲਾਉਣਾ ਹੈ ਇਹਦੇ ਵਾਸਤੇ ਜੋ ਵੀ ਡਾਕੂਮੈਂਟ ਵਗੈਰਾ ਹੋਣਗੇ ਉਹ ਡਾਕੂਮੈਂਟ ਤੁਸੀਂ ਆਪਣੇ ਦੇਣੇ ਹਨ ਆਧਾਰ ਕਾਰਡ ਜਿਹੜਾ ਹੈ ਜੀ ਉਹ ਮੈਨੂੰ ਤੁਸੀਂ ਆਪਣੀ ਜੇਬ ਦੇ ਵਿੱਚ ਰੱਖਣਾ ਹੈ ਪੈਨ ਕਾਰਡ ਲੈ ਕੇ ਜਾਣਾ ਹੈ ਆਪਣਾ ਪਾਸਪੋਰਟ ਲੈ ਕੇ ਜਾਣਾ ਹੈ ਤੇ ਨਾਲ ਹੀ ਇੱਕ ਹੋਰ ਕੰਮ ਕਰਨਾ ਹੈ ਕਿ ਕੁਝ ਯੂਰੋ ਵੀ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਉਹ ਯੂਰੋ ਜਿਹੜੇ ਹਨ ਉਹਨਾਂ ਦੀ ਐਂਟਰੀ ਤੁਹਾਡੇ ਪਾਸਪੋਰਟ ਦੇ ਉੱਤੇ ਜ਼ਰੂਰ ਹੋਵੇ ਜੇ ਤੁਹਾਡੇ ਕੋਲ ਯੂਰੋ ਨਹੀਂ ਹਨ ਤੇ ਤੁਸੀਂ ਇੰਡੀਆ ਦੇ ਵਿੱਚ ਵੀ ਯੂਰੋ ਵਗੈਰਾ ਲੈ ਸਕਦੇ ਹੋ ਤੇ ਉਹਦੀ ਜਿਹੜੀ ਐਂਟਰੀ ਹੈ ਜੀ ਉਹ ਤੁਹਾਨੂੰ ਪਾ ਦੇਣਗੇ ਜਾਂ ਸਲਿੱਪ ਵਗੈਰਾ ਜ਼ਰੂਰ ਦੇਣਗੇ ਘੱਟੋ ਘੱਟ 100 ਯੂਰੋ ਤੁਸੀਂ ਆਈਡੀਆ ਲੈ ਕੇ ਚੱਲ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਬੈਂਕ ਦੇ ਵਿੱਚ ਜਾ ਕੇ ਆਪਣਾ ਐਨ ਆਰ ਆਈ ਖਾਤਾ ਖੁਲਾਉਣਾ ਹੈ ਇਹ ਖਾਤੇ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦਾ ਜੀ ਐਨ ਆਰ ਆਈ ਦੂਸਰਾ ਹੁੰਦਾ ਹੈ ਐਨ ਆਰਓ ਇਹ ਖਾਤਾ ਜਿਹੜਾ ਤੁਹਾਨੂੰ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿਉਂਕਿ ਐਨ ਆਰ ਆਈ ਦਾ ਖਾਤਾ ਅਗਰ ਤੁਹਾਡੇ ਕੋਲ ਹੋਏਗਾ ਤੇ ਤੁਸੀਂ ਇਟਲੀ ਦੇ ਵਿੱਚ ਕੰਮ ਕਰਦੇ ਕਰਦੇ ਕੁਝ ਪੈਸਾ ਉਸੇ ਪੇਸ਼ਟ ਸਕਦੇ ਹੋ ਜਿੱਦਾਂ ਕਿ 100 ਜਾਂ 50 ਯੂਰੋ ਹਰ ਮਹੀਨੇ ਜਾਂ 2-4 ਮਹੀਨੇ ਬਾਅਦ ਵੀ ਫਿਰ ਜਿਸ ਟਾਈਮ ਤੁਸੀਂ ਇੰਡੀਆ ਜਾਓਗੇ ਉਸ ਟਾਈਮ ਤੁਹਾਨੂੰ ਜਿਹੜਾ ਕੋਈ ਫਿਕਰ ਨਹੀਂ ਹੋਏਗਾ ਕਿ ਕੈਸ਼ ਮਨੀ ਲੈ ਕੇ ਜਾਣੀ ਹੈ ਜਾਂ ਯੂਰੋ ਲੈ ਕੇ ਜਾਣੇ ਹਨ ਤੁਸੀਂ ਆਪਣਾ ਜਿਹੜਾ ਕਾਰਡ ਬੈਂਕ ਦਾ ਹੋਏਗਾ ਡੈਬਿਟ ਕਾਰਡ ਉਹੀ ਕਾਰਡ ਜਿਹੜਾ ਇੰਡੀਆ ਦੇ ਵਿੱਚ ਜਾ ਕੇ ਵਰਤ ਸਕਦੇ ਹੋ ਤੇ ਪੈਸਾ ਜਿਹੜਾ ਕਿਤੇ ਵੀ ਜਾ ਕੇ ਇੰਡੀਆ ਦੇ ਕਿਸੇ ਵੀ ਏਸੇ ਦੇ ਵਿੱਚ ਕਢਵਾ ਸਕਦੇ ਹੋ ਜੇ ਤੁਸੀਂ ਉੱਥੇ ਅਸੀਂ ਡਿਜੀਟਲ ਬੈਂਕਿੰਗ ਵੀ ਲੈਂਦੇ ਆਨਲਾਈਨ ਬੈਂਕਿੰਗ ਇੰਟਰਨੈਟ ਬੈਂਕਿੰਗ ਤੇ ਨਾਲ ਹੀ ਜਿਹੜਾ ਆਪਣਾ ਕਾਰਡ ਹੈ ਜਿਸ ਨੂੰ ਇੰਟਰਨੈਸ਼ਨਲ অপਸ਼ਨ ਇਸ ਦੀ ਕਰਵਾ ਲੈਂਦੇ ਹੋ ਤੇ ਫਿਰ ਤੁਸੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਜਾ ਕੇ ਜਿਹੜਾ ਉਸ ਨੂੰ ਯੂਜ਼ ਕਰ ਸਕਦੇ ਹੋ ਹੁਣ ਇੱਥੇ ਬਹੁਤ ਸਾਰੇ ਵੀਰਾਂ ਦੇ ਸਵਾਲ ਹੋਣਗੇ ਕਿ ਸਾਡੇ ਕੋਲ ਤਾਂ ਆਪਣਾ ਪੋਸਟੇ ਦਾ ਕਾਰਡ ਹੈ ਜਾਂ ਸਾਡੀ ਆਪਣੀ ਬੈਂਕ ਦਾ ਇਟਲੀ ਦਾ ਕਾਰਡ ਹੈ ਤੇ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਜੇ ਤੁਸੀਂ ਆਪਣਾ ਇੰਡੀਆ ਦੇ ਵਿੱਚ ਜਾ ਕੇ ਪੋਸਟੇ ਵਾਲਾ ਕਾਰਡ ਚਲਾਉਂਦੇ ਹੋ ਜਾਂ ਤੁਸੀਂ ਕੋਈ ਹੋਰ ਬੈਂਕ ਦਾ ਕਾਰਡ ਚਲਾਉਂਦੇ ਹੋ ਉਹਦੇ ਉੱਤੇ ਜਿਹੜਾ ਕਮਿਸ਼ਨ ਲੱਗਦਾ ਹੈ ਤਕਰੀਬਨ ਬਹੁਤੀਆਂ ਬੈਂਕਾਂ 200 ਯੂਰੋ ਜਿਹੜਾ ਹੈ 200 ਰੁਪਈਆ ਜਿਹੜਾ ਹੈ ਹਰ ट्रांजੈਕਸ਼ਨ ਦੇ ਉੱਤੇ ਕੱਟ ਸੋ ਇਸ ਕਰਕੇ ਤੁਹਾਨੂੰ ਦੱਸਿਆ ਹੈ ਕਿ ਐਨਆਰਏ ਅਕਾਊਂਟ ਜਿਹੜਾ ਜ਼ਰੂਰ ਖੁਲਾਵੋ ਐਨਆਰਓ ਅਕਾਊਂਟ ਜਿਹੜਾ ਹੈ ਉਸ ਨੂੰ ਖੁਲਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਸ ਦੇ ਵੀ ਤੁਸੀਂ ਅਗਰ ਖੁਲਾਓਗੇ ਤਾਂ ਉਸ ਦੇ ਵਿੱਚ ਜੋ ਵੀ ਤੁਹਾਡਾ ਵਿਆਜ ਵਗੈਰਾ ਬਣੇਗਾ 33% ਜਿਹੜਾ ਸਰਕਾਰ ਉਸ ਨੂੰ ਕੱਟ ਲਵੇਗੀ ਗੱਲ ਕਰ ਲਈਏ ਪਰਮੈਸਰ ਦੀ ਸਜੂਰਨ ਨੂੰ ਜਿਹੜੀ ਇਹਦੇ ਬਾਰੇ ਜਿਨ੍ਹਾਂ ਵੀਰਾਂ ਦੇ ਕੋਲ ਪਰਮੈਸਰ ਦੀ ਸਜੂਰਨ ਦਾ ਖਿਆਲ ਰੱਖਣਾ ਹੈ ਕਿ 2 ਸਾਲ ਦੀ ਪਰਮੈਸਰ ਦੀ ਸਜੂਰਨ ਹੈ ਤੇ ਇਹਦੇ ਉੱਤੇ ਤੁਸੀਂ ਜਿੰਨਾ ਘੱਟ ਸਮਾਂ ਇੰਡੀਆ ਦੇ ਵਿੱਚ ਰਹਿੰਦੇ ਹੋ ਤੁਹਾਡੇ ਵਾਸਤੇ ਉਨਾ ਹੀ ਵਧੀਆ ਹੈ ਅਗਰ ਤੁਸੀਂ ਜ਼ਿਆਦਾ ਟਾਈਮ ਪੀਰੀਅਡ ਇੰਡੀਆ ਦੇ ਵਿੱਚ ਬਤੀਤ ਕਰਦੇ ਤਾਂ ਫਿਰ ਜਿਸ ਟੈਂ ਤੁਸੀਂ ਚੀਤਾ ਦੀ ਅਨਸਾ ਦੇ ਵਾਸਤੇ ਅਪਲਾਈ ਕਰਦੇ ਤੋ ਜਿਹੜਾ ਟਾਈਮ ਪੀਰੀਅਡ ਹੈ ਜੀ ਕੈਲਕੂਲੇਟ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਮਾਈਨਸ ਕੀਤਾ ਜਾ ਸਕਦਾ ਹੈ ਸੋ 2 ਸਾਲ ਦੇ ਵਿੱਚ ਅਗਰ ਤੁਸੀਂ ਇੱਕ ਦੋ ਵਾਰ ਛੁੱਟੀ ਜਾਂਦੇ ਹੋ ਤਾਂ ਫਿਰ ਕੋਈ ਦਿੱਕਤ ਨਹੀਂ ਹੈ 1 ਮਹੀਨੇ ਵਾਸਤੇ ਜਾਂ 2 ਮਹੀਨੇ ਵਾਸਤੇ ਬਾਕੀ ਜਿਨ੍ਹਾਂ ਵੀਰਾਂ ਦੇ ਕੋਲ ਇਸ ਟਾਈਮ ਕਾਰਤਾ ਦੀ ਸਜੂਰਨੂ ਹੈ ਜਿਹਦੇ ਉੱਤੇ ਤੁਸੀਂ ਆਪਣੀ ਜਿਹੜੀ ਕਾਰਤਾ ਦੀ ਸਜੂਰਨੂ ਹੈ ਉਸ ਨੂੰ ਚੈੱਕ ਕਰਨਾ ਜੇ ਇਸ ਦੇ ਉੱਤੇ ਟਾਈਮ ਪੀਰੀਅਡ ਨਹੀਂ ਲਿਖਿਆ ਹੋਇਆ ਯਾਨੀ ਕਿ ਜਿਹੜੀ ਦਾਤਾ ਦੀ ਸਕਾ ਦੰਸਾ ਹੈ ਉਹ ਨਹੀਂ ਲਿਖੀ ਹੋਈ ਤਾਂ ਫਿਰ ਬਹੁਤੇ ਵੀਰਾਂ ਨੂੰ ਅੱਜਕੱਲ ਜਿਹੜੀਆਂ ਲੈਟਰ ਵਗੈਰਾ ਵੀ ਆ ਰਹੀ ਤੇ ਕੀ ਆ ਜਾਰੀ ਹੈ ਕਿ ਜਿਹੜੀ ਆਪਣੀ ਕਰਤਾਰੀ ਸਜੂਰ ਨੂੰ ਉਸ ਨੂੰ ਰੀਨੋਵਾਰੇ ਕਰਵਾਉਣਾ ਹੈ ਕਿਉਂਕਿ ਹੁਣ ਜਿਹੜੀਆਂ ਨਵੀਆਂ ਕਰਤਾਰੀ ਸਜੂਰ ਨੂੰ ਮਿਲ ਰਹੀਆਂ ਹਨ ਉਹਦੇ ਵਿੱਚ ਜਿਹੜੀ ਨਾ ਨੇ ਦਾਤਾ ਦੀ ਸਕਾਦਨਸਾ ਲਿਖ ਦਿੱਤੀ ਹੈ ਹੁਣ ਬਹੁਤੇ ਵੀਰਾਂ ਦੇ ਕੋਲ ਜਿਨ੍ਹਾਂ ਦੇ ਕੋਲ ਦਾਤਾ ਦੀ ਸਕਾਦਨਸਾ ਵਾਲੀਆਂ ਕਰਤਾਰੀਆਂ ਸਜੂਰ ਨੂੰ ਨਹੀਂ ਹਨ ਉਹਨਾਂ ਨੂੰ ਜਿਹੜੀਆਂ ਰੀਅਪਲਾਈ ਕਰਨੀਆਂ ਪੈਣਗੀਆਂ ਬਾਕੀ ਜਿਹੜੀ ਨੈਕਸਟ ਕਵਰ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਹੜੇ ਸਾਡੇ ਵੀਰੇ ਦਿੱਲੀ 에ਰਪੋਰਟ ਦੇ ਉੱਤੇ ਉਤਰਦੇ ਹਨ ਕੀ ਹੁੰਦਾ ਸੀ ਕਿ ਦਿੱਲੀ 에ਰਪੋਰਟ ਦੇ ਉੱਤੇ ਬਹੁਤੇ ਲੋਕਾਂ ਨੂੰ ਕਾਫੀ ਲੰਬਾ ਸਮਾਂ ਲੱਗਦਾ ਸੀ ਪੰਜਾਬ ਜਾਣ ਦੇ ਵਾਸਤੇ वैसे ਜਿਹੜੀਆਂ ਇੰਡੀਓ ਕੈਨੇਡੀਅਨ ਬੱਸਾਂ ਅੱਜਕੱਲ ਚੱਲ ਰਹੀਆਂ ਹਨ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਇਹਦੇ ਵਿੱਚ ਵੀ ਜਿਹੜਾ 슬ੀਪਰ ਕਲਾਸ ਹੈ ਜੇ ਅਗਰ ਤੁਸੀਂ ਉਸ ਦੀ ਟਿਕਟ ਲੈਂਦੇ ਹੋ ਤੇ ਉਹ ਜ਼ਿਆਦਾ ਬੈਸਟ ਹੈ ਕਿਉਂਕਿ 슬ੀਪਰ ਕਲਾਸ ਦੇ ਵਿੱਚ ਇੱਕ ਬੱਸ ਦੇ ਵਿੱਚ 30 ਆਦਮੀ ਜਿਹੜੇ ਸੌਂ ਕੇ ਜਾ ਸਕਦੇ ਹਨ ਜਿਹੜੇ ਵੀ ਇਸ ਦੇ ਵਿੱਚ ਜਾ ਚੁੱਕੇ ਹਨ ਉਹਨਾਂ ਨੂੰ ਪਤਾ ਹੈ ਕਿ 슬ੀਪਰ ਕਲਾਸ ਦੇ ਵਿੱਚ ਕਿੰਨਾ ਵਧੀਆ ਹੈ ਬਿਲਕੁਲ ਟ੍ਰੇਨ ਵਾਲਾ ਹੀ ਆਨੰਦ ਆਉਂਦਾ ਹੈ ਜਿਹੜੇ ਵੀ ਅਜੇ ਤੱਕ ਇਸ ਦਾ ਆਨੰਦ ਨਹੀਂ ਉਠਾ ਸਕੇ ਜਾਂ ਇਸ ਨੂੰ ਜਿਹੜਾ ਯੂਜ਼ ਨਹੀਂ ਕੀਤਾ ਇਸ ਬੱਸ ਨੂੰ ਉਹ ਸੀਟ ਦੀ ਬਜਾਏ ਜਿਹੜਾ ਸਲੀਪਰ ਕਲਾਸ ਦੇ ਵਿੱਚ ਅਗਰ ਜਾਂਦੇ ਹਨ ਤੇ ਬਹੁਤ ਜ਼ਿਆਦਾ ਵਧੀਆ ਹੈ ਜਿਹੜੀ ਤੁਹਾਡੀ ਦਿੱਲੀ ਤੋਂ ਪੰਜਾਬ ਜਾਣ ਦੀ ਥਕਾਵਟ ਹੈ ਉਹ ਵੀ ਰਸਤੇ ਵਿੱਚ ਉਤਰ ਜਾਂਦੀ ਹੈ ਕਿਉਂਕਿ ਲੱਕ ਬੰਦੇ ਦਾ ਸਿੱਧਾ ਹੋ ਜਾਂਦਾ ਹੈ ਤੇ ਬੰਦਾ ਆਰਾਮ ਦੇ ਨਾਲ ਜਾਂਦਾ ਹੈ ਜਿਹੜਾ ਤਕਰੀਬਨ ਇਸ ਦਾ ਇਸ ਟਾਈਮ ਦਾ ਜਿਹੜਾ ਕਿਰਾਇਆ ਚੱਲ ਰਿਹਾ ਅੱਜ ਜੇ ਆਪਾਂ ਦਿੱਲੀ ਤੋਂ ਜਲੰਧਰ ਤੱਕ ਦਾ ਵੀ ਦੇਖੀਏ ਤਕਰੀਬਨ 2800 2200 ਇੰਨਾ ਕੁ ਹੀ ਕਿਰਾਇਆ ਨਾਰਮਲ ਚੱਲ ਰਿਹਾ ਹੈ ਬਾਕੀ ਗੱਲ ਕਰ ਲਈ ਇਟਲੀ ਦੇ ਵਿੱਚ ਘਰਾਂ ਦੀ ਜਿਨ੍ਹਾਂ ਲੋਕਾਂ ਨੇ ਪੁਰਾਣੇ ਸਮੇਂ ਦੇ ਵਿੱਚ ਇਟਲੀ ਦੇ ਵਿੱਚ ਕਰ ਲਏ ਸਨ ਉਹਨਾਂ ਦੇ ਜਿਹੜੇ ਵਿਆਜ ਬਹੁਤ ਘੱਟ ਸਨ ਜਿੱਦਾਂ ਕਿ ਅੱਜ ਤੋਂ ਆਪਾਂ ਜੇ 10 ਸਾਲ ਪਹਿਲਾਂ ਦੇਖੀਏ ਤੇ ਜਿਨ੍ਹਾਂ ਲੋਕਾਂ ਨੇ ਉਸ ਟਾਈਮ ਲੋਨ ਲਿਆ ਹੋਇਆ ਸੀ ਜੇ ਕਿਸੇ ਨੇ 1 ਲੱਖ ਯੂਰੋ ਦਾ ਲੋਨ ਸੀ ਤਾਂ ਉਸ ਦੇ ਉੱਤੇ ਤਕਰੀਬਨ 25 ਜਾਂ 30 ਸਾਲਾਂ ਦੇ ਵਿੱਚ 10 ਕ ਹਜ਼ਾਰ ਦਾ ਵਿਆਜ ਪੈਂਦਾ ਸੀ ਪਰੰਤੂ ਹੁਣ ਜਿਹੜੀ ਸਿਚੁਏਸ਼ਨ ਇਹ ਹੋ ਚੁੱਕੀ ਹੈ ਕਿ ਜੇ ਤੁਸੀਂ ਅੱਜ 1 ਲੱਖ ਯੂਰੋ ਦਾ ਲੋਨ ਲੈਂਦੇ ਹੋ ਤੇ ਤੁਹਾਨੂੰ 25 ਸਾਲ ਦੇ ਵਾਸਤੇ ਤੁਸੀਂ ਉਸ ਨੂੰ ਕਰਾਉਂਦੇ ਹੋ ਤੇ ਤਕਰੀਬਨ ਤੁਹਾਨੂੰ ਜਿਹੜਾ ਰੇਟ ਹੈ ਜੀ ਵਾਪਸ ਤਕਰੀਬਨ ਦੁਗਣਾ ਮੋੜਨਾ ਪਵੇਗਾ ਮਤ ਉਸ ਦੇ ਵਿੱਚ ਵਿਆਜ ਹੀ ਭਰਨਾ ਪਵੇਗਾ ਹੁਣ ਦੇ ਜਿਹੜੇ ਲੋਕਾਂ ਨੇ ਘਰ ਲਏ ਹਨ ਪੁਰਾਣੇ ਲੋਕਾਂ ਨਾਲੋਂ ਤਕਰੀਬਨ 7% ਤੋਂ ਲੈ ਕੇ 80000 ਯੂਰੋ ਤੱਕ ਦਾ ਜਿਹੜਾ ਉਹਨਾਂ ਨੂੰ ਘਾਟਾ ਪੈ ਰਿਹਾ ਹੈ ਜੇ ਆਪਾਂ ਉਹਨਾਂ ਲੋਕਾਂ ਦੇ ਨਾਲ ਕੰਪੈਰੀਜ਼ਨ ਕਰੀਏ ਜਿਨ੍ਹਾਂ ਨੇ ਜਿਹੜੇ ਪਹਿਲੇ ਘਰ ਲਏ ਹੋਏ ਹਨ ਕਿਉਂਕਿ ਇਸ ਟਾਈਮ ਜਿਹੜਾ TEG ਚੱਲ ਰਿਹਾ ਹੈ ਜਿਸ ਨੂੰ ਆਪਾਂ ਵਿਆਜ ਵੀ ਸਿੱਧੀ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਤਕਰੀਬਨ ਜਿਹੜਾ ਪਿਛਲੇ ਮਹੀਨੇ ਨਾਲੋਂ ਵੀ ਜ਼ਿਆਦਾ ਵੱਧ ਚੁੱਕਾ ਹੈ ਇਹ ਹੁਣ 4.65 ਦੇ ਉੱਤੇ ਆ ਚੁੱਕਾ ਹੈ ਇਹਦਾ ਮਤਲਬ ਕੀ ਹੈ ਕਿ ਵਿਆਜ ਬਹੁਤ ਜ਼ਿਆਦਾ ਹੋ ਚੁੱਕਾ ਹੈ ਜਿੰਨੀ ਤੁਹਾਡੀ ਕਿਸ਼ਤ ਬਣਦੀ ਹੈ ਉਨਾ ਹੀ ਤਕਰੀਬਨ ਉੱਪਰ ਵਿਆਜ ਪੈ ਜਾਂਦਾ ਹੈ। ਬਾਕੀ ਇਹਦੇ ਵਿੱਚ ਹੁਣ ਇੱਕ ਹੋਰ ਚੀਜ਼ ਦਾ ਬਹੁਤ ਵੱਡਾ ਜਿਹੜਾ ਖਤਰਾ ਬਣ ਚੁੱਕਾ ਇੱਕ 100% ਹੁੰਦੀ ਹੈ। ਇੱਕ 100% ਵਾਰੀਆ ਬੀਲੇ। ਬਹੁਤੇ ਵੀਰ ਕਈ ਵਾਰ ਕੀ ਕਰਦੇ ਸਨ ਕਿ ਪੁਰਾਣੇ ਸਮਿਆਂ ਵਿੱਚ ਤਾਂ 100% ਜਿਹੜੀ ਵਾਰੀਆ ਬੀਲੇ ਹੀ ਕਰਾਉਂਦੇ ਸਨ। ਉਹਦੇ ਨਾਲ ਜੇ ਕਿਸੇ ਨੇ ਲੱਖ ਜੋ ਜਾਂ ਲੱਖ ਕੁ ਯੂਰੋ ਦਾ ਜਿਹੜਾ ਘਰ ਹੁੰਦਾ ਸੀ ਉਹ ਲਿਆ ਸੀ ਤਾਂ ਤਕਰੀਬਨ ਲੋਕਾਂ ਦੀ 250 ਰੁਪਈਆ 300 350 ਤੱਕ ਵੀ ਕੇਸ ਜਿਹੜੀ ਬਣਦੀ ਸੀ ਕਿਉਂਕਿ ਡਿਪੈਂਡ ਕਰਦਾ ਹੈ ਸਾਲਾਂ ਦੇ ਉੱਤੇ। ਹੁਣ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜੇ ਤੁਸੀਂ 1 ਲੱਖ ਯੂਰੋ ਤੱਕ ਦਾ ਜਿਹੜਾ ਵਿਆਹ ਆਪਣਾ ਜਿਹੜਾ ਤੁਸੀਂ ਪੈਸਾ ਲੈਂਦੇ ਹੋ ਬੈਂਕ ਤੋਂ ਮਤਲਬ ਜਿਸ ਨੂੰ ਕਹਿੰਦੇ ਹੋ ਮਤਲਬ ਕਿਦਾਂ ਕੀ ਲੋਨ ਲੈਂਦੇ ਹੋ ਤਾਂ ਉਸ ਦੀ ਜਿਹੜੀ ਕਿਸ਼ਤ ਹੈ ਜੇ ਤੁਸੀਂ 25 ਸਾਲ ਦੇ ਵਾਸਤੇ ਵੀ ਕਰਾਉਂਦੇ ਹੋ ਤੇ ਤਕਰੀਬਨ 600 ਯੂਰੋ ਦੇ ਆਸ-ਪਾਸ ਜਿਹੜੀ ਕਿਸ਼ਤ ਬਣਦੀ ਹੈ ਇਹਦੇ ਵਿੱਚ ਵੀ ਵਿਆਜ ਕਾਫੀ ਆ ਜਾਂਦਾ ਹੈ ਜੇ ਆਪਾਂ ਇਸ ਟਾਈਮ ਦੇਖੀਏ ਕਿ ਕਿਹੜੀ ਕਿਸ਼ਤ ਕਰਾਉਣੀ ਚਾਹੀਦੀ ਹੈ ਫੀਸੋ ਜਾਂ ਵਾਰੀਆ ਬੀਲੇ ਤੇ ਜਿਹੜੀ ਸਾਡੀ ਸਲਾਹ ਇਸ ਟਾਈਮ ਇਹ ਹੈ ਕਿ ਜੇ ਤੁਸੀਂ ਫੀਸੋ ਕਰਾਉਂਦੇ ਹੋ ਫੀਸੋ ਦੇ ਵਿੱਚ ਬੇਸ਼ੱਕ ਥੋੜੇ ਪੈਸੇ ਤੁਹਾਡੇ ਜ਼ਿਆਦਾ ਦੇਣੇ ਪੈਂਦੇ ਹਨ ਪਰੰਤੂ ਉਹਦੇ ਵਿੱਚ ਇੱਕ ਸੇਫਟੀ ਹੈ ਕਿ ਜਿਹੜਾ ਅਜਿਹਾ ਵਿਆਜ ਚੱਲ ਰਿਹਾ ਹੈ ਉਹੀ ਵਿਆਜ ਤੁਹਾਨੂੰ ਅਗਲੇ ਸਾਲਾਂ ਤੱਕ ਵੀ ਲੱਗੇਗਾ ਜੇ ਤੁਸੀਂ ਵਰੀਆ ਬਿਲੇ ਕਰਾ ਲੈਂਦੇ ਹੋ ਤੇ ਹੋ ਸਕਦਾ ਕੱਲ ਨੂੰ ਵਿਆਜ ਜਿਹੜਾ ਹੋਰ ਜ਼ਿਆਦਾ ਵਧ ਜਾਵੇ ਤੇ ਜਿਹੜੀ ਕਿਸ਼ਤ ਹੈ ਜੀ ਤੁਸੀਂ 600 ਦੀ ਜਗ੍ਹਾ 700 ਹੋ ਜਾਵੇ ਜਾਂ 800 ਹੋ ਜਾਵੇ ਇਹਦੇ ਵਿੱਚ ਕੋਈ ਵੀ ਮਤਲਬ ਇਹੋ ਜਿਹੀ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਬਾਕੀ ਅਪਾਇੰਟਮੈਂਟ ਦੇ ਬਾਰੇ ਗੱਲ ਕਰ ਲਈ ਅਪਾਇੰਟਮੈਂਟ ਜਿਹੜੀਆਂ ਕਾਫੀ ਇਸ ਟਾਈਮ ਮੁਸ਼ਕਲ ਸਥਿਤੀ ਦੇ ਵਿੱਚ ਹਨ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ। ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।